ਪ੍ਰਧਾਨ ਮੰਤਰੀ ਦੀ ਰੈਲੀ ਦਾ ਸੁਰੱਖਿਆ ਦੇ ਵਿੱਚ ਕੁਤਾਹੀ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਕਮੇਟੀਆਂ ਬਣਾ ਕੇ ਜਾਂਚ ਕੀਤੀ ਜਾ ਰਹੀ ਹੈ ਪਰ ਸ਼ਹੀਦ ਕਿਸਾਨਾਂ ਦੇ ਬਾਰੇ ਪ੍ਰਧਾਨ ਮੰਤਰੀ ਦੇ ਵੱਲੋਂ ਕੋਈ ਵੀ ਗੱਲ ਨਹੀਂ ਕੀਤੀ ਗਈ ਦੇਸ਼ ਦੇ ਵਿੱਚ ਕਰੋਨਾ ਮਹਾਮਾਰੀ ਤੇ ਓਮੀਕਰੋਨ ਲਗਾਤਾਰ ਫੈਲ ਰਿਹਾ ਹੈ ਪਹਿਲੀ ਅਤੇ ਦੂਜੀ ਲਹਿਰ ਵਰਗਾ ਦੇਸ਼ ਦਾ ਹਾਲ ਨਾ ਹੋਵੇ ਜਿਸ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਨਾਲ ਹੀ ਕਿਹਾ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ 12 ਕਿਸਾਨਾਂ ਤੇ ਹੋਰ ਕਾਰਵਾਈ ਕਰਨ ਤੋਂ ਇਹ ਹੀ ਲੱਗਦਾ ਹੈ ਕਿ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਜ਼ਰੂਰੀ ਨਹੀਂ ਸਮਝਦੀ ਉਥੇ ਹੀ ਕਿਹਾ ਗਿਆ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਦਾ 8 ਜਨਵਰੀ ਨੂੰ ਘਿਰਾਓ ਕੀਤਾ ਜਾਣਾ ਸੀ ਪਰ ਹੁਣ ਕਿਸਾਨਾਂ ਦੇ ਵੱਲੋਂ 11 ਜਨਵਰੀ ਨੂੰ ਘਿਰਾਓ ਕੀਤਾ ਜਾਵੇਗਾ ਮੈਂ ਸਰਬੰਸੰਗ ਬੰਦੇਰ ਕਿਸਾਨ ਮਜ਼ਦੂਰ ਸ਼ਗਰਤ ਕਮੇਟੀ ਦਾ ਸੂਬਾ ਜਨਰ ਸਕੱਤਰ ਬੋਲਦਾ ਦੀ ਜਿਹੜੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਪੂਰੇ ਪੰਜਾਬ ਸਰਕਾਰ ਦੇ ਖਿਲਾਫ ਉਹਨਾਂ ਦੇ ਮੰਤਰੀਆਂ ਦਾ 8 ਜਨਵਰੀ ਨੂੰ ਘਿਰਾਓ ਕੀਤਾ ਜਾਣਾ ਸੀਗਾ ਕਿਉਂਕਿ ਪਿਛਲੇ ਸਮੇਂ 'ਚ بارش ਬਹੁਤ ਜ਼ਿਆਦਾ ਹੋ ਰਹੀ ਆ ਬਹੁਤ ਸਾਰੀ ਕਾਰਨ ਤੋਂ ਮੌਸਮ ਕਾਰਨ ਕਰਕੇ 8 ਦੀ ਥਾਂ 11 ਜਨਵਰੀ ਨੂੰ ਇਹ ਪੰਜਾਬ ਦੇ ਮੰਤਰੀਆਂ ਦੇ ਘਰਾਓ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਤੇ ਹੋਰ ਨਾ ਮੰਗਾਂ ਤੇ ਲੈ ਕੇ ਸ਼ਹੀਦਪੁਰਾ ਨੌਕਰੀਆਂ ਦੇਣੀਆਂ ਇਹ ਕੀਤੇ ਜਾਣਗੇ ਉਹਦੀ ਅਗਲੀ ਤਿਆਰੀ ਵਿੱਢੀ ਜਾਵੇ ਜਿਹੜਾ ਪੰਜਾਬ ਦੇ ਵਿੱਚ ਜੋ ਪ੍ਰਧਾਨ ਮੰਤਰੀ ਜੀ ਕਹਿ ਕੇ ਗਏ ਜਿਹੜਾ ਉਹ ਇਸ਼ੂ ਬਣਾਇਆ ਗਿਆ ਉਹਦੇ ਤੇ ਦੋ ਜਾਂਚ ਕਮੇਟੀਆਂ ਬੈਗੀਆਂ ਇੱਕ ਕੇਂਦਰ ਦੀ ਇੱਕ ਪੰਜਾਬ ਦੀ ਹੁਣ ਉਹਨਾਂ ਨੂੰ ਪ੍ਰਭਾਵਿਤ ਨਹੀਂ ਕਰਨਾ ਚਾਹੀਦਾ ਉਹਨਾਂ ਦੀ ਜਾਂਚ ਆਉਂਦੀ ਏ ਦੂਸਰਾ ਦੇਸ਼ ਦੇ ਪ੍ਰਧਾਨ ਮੰਤਰੀ ਸਾਰਿਆਂ ਦੇ ਪ੍ਰਧਾਨ ਮੰਤਰੀ ਆ ਹਰੇਕ ਠੀਕ ਹੈਗੀ ਗੱਲ ਅਸੀਂ ਪ੍ਰਧਾਨ ਮੰਤਰੀ ਜੂ ਕਹਿੰਨੇ ਆ ਕਿ ਜੇ ਦੇਸ਼ ਦੀ ਸੁਰੱਖਿਆ ਵੱਲ ਖਿਆਲ ਕਰਨਾ ਵਾ ਭਾਵੇਂ ਤੁਸੀਂ 750 ਕਿਸਾਨਾਂ ਦੀ ਜਿਹੜੀ ਸ਼ਹਾਦਤ ਹੋਈ ਆ ਉੱਤੇ ਕੋਈ ਖੇਦ ਵਕਤ ਨਹੀਂ ਕੀਤਾ ਹੈਗਾ ਨਾ ਉਹਨਾਂ ਦੇ ਸਨਮਾਨ ਚ ਕੋਈ ਸ਼ਬਦ ਕਿਹਾ ਤੇ ਕੱਲ ਜਿਹੜੇ ਗੁਜਰਾਤ ਦੇ ਵਿੱਚ 12 ਮਜ਼ਦੂਰ ਗੈਸ ਚੜ ਨਾਲ ਜਿਹੜੇ ਮਾਰੇ ਗਏ ਅਸੀਂ ਉਹਨਾਂ ਦੇ ਪਰਿਵਾਰਾਂ ਨਾਲ ਸਵੇਦਨਾ ਪ੍ਰਗਟ ਕਰਦੇ ਆ ਜਲਦੀ ਜਿਹੜੇ ਉਹ ਸਵਾਸ ਤੋਂ ਤਾਂ ਉਹਨਾਂ ਦੀ ਜਾਨਵਾਲ ਦੀ ਰਾਖੀ ਕਰ ਲੋ ਅੱਗੇ ਤੋਂ ਇਸ ਤਰੀਕੇ ਨਾਲ ਮਜ਼ਦੂਰ ਮਾਰੇ ਨਾ ਜਾਣ ਇਹਦੇ ਨਾਲ ਚੀਨ ਦੇ ਬਾਰਡਰ ਤੇ ਜੋ ਕੁਝ ਹੋ ਰਿਹਾ ਵਾ ਉਹ 135 ਕਰੋੜ ਭਾਰਤੀਆਂ ਦੀ ਸੁਰੱਖਿਆ ਦਾ ਸਵਾਲ ਆ ਉਧਰ ਖਿਆਲ ਕਰ ਲੋ ਜਿਵੇਂ ਓਮੀ ਕਰੋੜ ਆ ਰਿਹਾ ਭਾਵੇਂ ਸਾਡੇ ਵਿਚਾਰ ਹੋਰ ਹੋਣ ਇਹ ਨਾ ਹੋਵੇ ਕਿ ਜਿਵੇਂ ਦੂਜੇ ਦੌਰ ਦੇ ਵਿੱਚ ਜਿਵੇਂ ਗੰਗਾ ਮਈਆ ਦੇ ਵਿੱਚ ਲਾਸ਼ਾਂ ਤਰਦੀਆਂ ਸੀ ਦੇਖੀਆਂ ਸੀ ਇਹ ਵੀ ਨਾ ਤਰਦੀਆਂ ਹੋਣ ਅਸੀਂ ਪ੍ਰਧਾਨ ਮੰਤਰੀ ਜੀ ਦੇਸ਼ ਦੀ ਸੁਰੱਖਿਆ ਲਈ ਚਿੰਤਤ ਆ ਤੁਹਾਡਾ ਗ੍ਰਹਿ ਮੰਤਰਾਲੇ ਜਿਹੜਾ ਵਾ ਉਹ ਸੁਰੱਖਿਆ ਦੀ ਜ਼ਿੰਮੇਵਾਰੀ ਲੈਂਦਾ ਲੀਡਰਾਂ ਦੀ ਵੀ ਦੇਸ਼ ਦੀ ਵੀ ਤਾਂ ਜਿਹੜੇ ਅਜੇ ਮਿਸ਼ਰਾ ਟੈਨੀ ਵਰਗੇ ਲੋਕ ਆ ਜੇ ਉਹ ਉਹਦੇ ਵਿੱਚ ਬੈਠੇ ਹੋਏ ਆ ਜਿਨ੍ਹਾਂ ਤੇ 12020 ਦੇ ਪਰਚੇ ਆ ਤੇ ਦੇਸ਼ ਸੁਰੱਖਿਤ ਹੱਥਾਂ ਵਿੱਚ ਨਹੀਂ ਹੈਗਾ ਤੁਸੀਂ 12 ਕਿਸਾਨਾਂ ਨੂੰ ਫੇਰ ਨੋਟਿਸ ਜਾਰੀ ਕਰਕੇ ਸਾਨੂੰ ਸੰਦੇਸ਼ ਦਿੱਤਾ ਕਿ ਅਸੀਂ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਦਾ ਸਨਮਾਨ ਨਹੀਂ ਕਰਦੇ ਤੁਹਾਡੇ ਮੰਤਰੀ ਨੇ ਜਿਹੜੇ ਵਾਅਦੇ ਦਿੱਤੇ ਆ ਆਸ ਰੱਖਾਂਗੇ ਉਹ ਪੂਰੇ ਕੀਤੇ ਜਾਣ ਹਾਂ ਸਾਡਾ ਮੰਨਣਾ ਵਾ ਕਿ ਹਮੇਸ਼ਾ ਲੋਕ ਵੱਡੇ ਹੁੰਦੇ ਆ ਲੋਕਾਂ ਤੋਂ ਵੱਡਾ ਕੋਈ ਵੀ ਪ੍ਰਧਾਨ ਮੰਤਰੀ ਨਹੀਂ ਹੋ ਸਕਦਾ ਇਹ ਜੁਪੀ ਦੇ ਦੇਸ਼ ਦੇ ਲੋਕਾਂ ਨੇ ਫੈਸਲਾ ਕਰਨਾ ਕਿ ਜਿਹੜੀ ਪਾਰਟੀ ਫਿਰਕੂ ਸਦਭਾਵਨਾ ਰਹਿਣ ਨਹੀਂ ਦਿੰਦੀ ਦੇਸ਼ ਦਾ ਅਮਨ ਮਾਨ ਨਹੀਂ ਰਹਿਣ ਦਿੰਦੀ ਉਹਨਾਂ ਨੂੰ ਸੱਤਾ ਦੇਣੀ ਆ ਕਿ ਨਹੀਂ ਦੇਣੀ 当晚。